ਰਜਨੀਸ਼ ਕੁਮਾਰ ਸਪੁੱਤਰ ਗੁਰੂ ਦੱਤ। ਅੱਜ 6 ਮਈ ਨੂੰ ਮੈਂ ਚੰਡੀਗੜ੍ਹ ਤੋਂ ਵਾਪਸ ਲੁਧਿਆਣੇ ਆਇਆ 6 ਵਜੇ, 6:30 ਵਜੇ, ਔਰ ਮੈਂ ਦੇਖਿਆ ਕਿ ਸਾਰੇ ਘਰ ਨੂੰ ਦਰਵਾਜ਼ਾ ਮੇਨ ਡੋਰ ਸਾਡਾ ਤੋੜਿਆ ਹੋਇਆ ਸੀ, ਔਰ ਅੰਦਰ ਮੇਰੀ ਗੋਡਰੇਜ ਦੀ ਅਲਮਾਰੀ, ਦੂਸਰੀ ਅਲਮਾਰੀਆਂ ਦੇ ਤਾਲੇ ਸਭ ਤੋੜ ਕੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਸੀ। ਇਹ ਤਕਰੀਬਨ ਜਿਹੜੀ ਚੋਰੀ ਹੈ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ। ਇਹ ਏਰੀਆ ਜੀ ਸਾਡੇ ਘਰ ਦਾ ਨੰਬਰ ਹੈ 3035/1 ਪ੍ਰੇਮਜੀਤ ਰੋਡ, ਗੁਰਦੇਵ ਨਗਰ। ਪੌਸ਼ ਏਰੀਆ ਜੀ ਕੀ ਕਰੀਏ ਜੀ, ਜੇ ਸੇਫਟੀ ਗੁਰਦੇਵ ਨਗਰ 'ਚ, ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ 'ਚ ਰਹਿੰਦੇ, ਬੜੀ ਸੇਫ ਹੈ, ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸਨੇ ਇਹ ਕੰਮ ਕੀਤਾ। ਸੀਸੀਟੀਵੀ ਦੇ ਵਿੱਚ ਫੋਟੋਜ਼ ਔਰ ਰਿਕਾਰਡਿੰਗ ਆਈ ਹੈ, ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ। ਉਸ ਤੋਂ ਬਾਅਦ ਹੁਣ ਪੈਰਵਾਈ ਹੁੰਦੀ, ਦੇਖਦੇ ਦੋ ਬੰਦੇ ਤਾਂ ਨਜ਼ਰ ਆ ਰਹੇ ਹੈ ਜੀ, ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ, ਉਹ ਦੇਖ ਕੇ ਪਤਾ ਚੱਲੇ। ਨਹੀਂ, ਮੂੰਹ ਨਹੀਂ ਢਕੇ ਹੋਏ, ਔਰ ਤਕਰੀਬਨ ਉਹਨਾਂ ਯੰਗ ਭਈਏ ਲੱਗ ਰਹੇ ਨੇ, ਤਕਰੀਬਨ 30 ਸਾਲ ਦੇ ਹੋਣਗੇ ਜੀ, 30-32 ਸਾਲ ਦੇ। ਉਹਨਾਂ ਨੇ 2-2.5 ਘੰਟੇ ਲਗਾਏ ਆ ਆਰਾਮ ਦੇ ਨਾਲ, ਔਰ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ। ਦੋ ਢਾਈ ਵਜੇ ਉਹ ਲੋਕ ਆਏ ਨੇ, ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਹੈ, ਕੋਈ ਨੀ ਹੈਗਾ, ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾਂਗ ਲਗਾ ਕੇ ਅੰਦਰ ਆਏ, ਔਰ ਅੰਦਰ ਆ ਕੇ ਫਿਰ ਉਹਨਾਂ ਨੇ ਹਥੌੜਿਆਂ ਦੇ ਨਾਲ ਸਾਡਾ ਗੇਟ ਮੇਨ ਡੋਰ ਤੋੜਿਆ, ਔਰ ਅੰਦਰ ਆ ਕੇ ਅਲਮਾਰੀਆਂ ਅਕੋਰਡਿੰਗਲੀ ਵੈਸੇ ਹੀ ਤੋੜੀਆਂ, ਇਨਕਲੂਡਿੰਗ ਗੋਡਰੇਜ ਦੀ ਅਲਮਾਰੀ ਔਰ ਦੂਸਰੀਆਂ ਜਿਹੜੀਆਂ ਕੱਪੜੇ ਵਾਲੀ ਅਲਮਾਰੀਆਂ। ਮੇਜਰਲੀ ਜੀ ਉਹ ਕੈਸ਼ ਲੈ ਕੇ ਗਏ, ਜ਼ਿਆਦਾ ਨਹੀਂ ਸੀ ਕੈਸ਼, ਲੇਕਿਨ 3-1 ਲੱਖ ਰੁਪਏ ਦੀ ਉਮੀਦ ਹੈਗੀ ਹੈ ਮੈਨੂੰ ਕੈਸ਼ ਸੀਗਾ ਇੰਨਾ, ਔਰ ਜਿਊਲਰੀ ਲੈ ਕੇ ਗਏ ਬੱਚਿਆਂ ਦੀ ਔਰ ਆਪਦੀ ਜਿਹੜੀ ਪਰਸਨਲ ਹੁੰਦੀ ਹੈ, ਔਰ ਇੱਕ ਪੁਰਾਣਾ ਟੀ ਸੈੱਟ ਸੀਗਾ ਸਾਡਾ ਸਿਲਵਰ ਵੇਅਰ, ਤਕਰੀਬਨ ਹੋਏਗਾ ਉਹ ਵੀ 2.5-3 ਲੱਖ ਰੁਪਏ ਦਾ ਹੋਏਗਾ, ਉਹ ਲੈ ਕੇ ਗਏ ਜੋ ਨਜ਼ਰ ਆਉਂਦਾ ਪਿਆ। ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲ ਰਿਹਾ ਪਿਆ, ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣ। ਇਹ ਵਾਰਦਾਤ ਘੱਟੋ ਘੱਟ 2 ਕਮਰਿਆਂ 'ਚ ਹੋਈ ਹੈ ਜੀ। ਹਾਂਜੀ, ਪੁਲਿਸ ਆ ਗਈ ਹੈ ਜੀ, ਉਹ ਪੂਰੀ ਰਿਪੋਰਟ ਬਣਾ ਰਹੇ ਨੇ, ਰਿਕਾਰਡਿੰਗਸ ਚੈੱਕ ਕਰਨਗੇ, ਦੇਖਦੇ ਹਾਂ ਜੀ, ਇਨਵੈਸਟੀਗੇਸ਼ਨ ਸਟਾਰਟ ਹੋ ਗਈ। ਪ੍ਰਸ਼ਾਸਨ ਤੋਂ ਕੀ ਉਮੀਦ ਕੀਤੀ ਜਾਵੇ ਜੀ, ਜਿਹੜੀ ਪੁਲਿਸ ਆ ਕੇ ਸਪੋਰਟ ਕਰ ਦੇਵੇ, ਇਹੀ ਬੜੀ ਵੱਡੀ ਗੱਲ ਹੈਗੀ ਹੈ ਜੀ। ਚੋਰੀ ਜਿਹੜੀ ਹੈਗੀ ਹੈ ਹੁਣ ਗੁਰਦੇਵ ਨਗਰ ਦੇ ਵਿੱਚ, ਜੇ ਬੰਦ ਗਲੀ ਦੇ ਵਿੱਚ ਸੀਮਿੰਗਲੀ ਵੈਰੀ ਵੈਰੀ ਸੇਫ ਏਰੀਆ, ਉੱਥੇ ਜੇ ਚੋਰੀ ਹੋ ਰਹੀ ਹੈ, ਦੈਟ ਮੀਨਸ ਕਿ ਜਿਹੜੇ ਕਰਨ ਵਾਲੇ ਹੈਗੇ ਨੇ ਉਹ ਇਸ ਏਰੀਏ ਨੂੰ ਅੱਛੀ ਤਰ੍ਹਾਂ ਸਮਝਦੇ ਹੈਗੇ ਨੇ, ਔਰ ਉਹਨਾਂ ਨੂੰ ਡਰ ਨਹੀਂ। ਮੈਂ ਅੱਜ ਦਾ ਦਿਨ ਹੀ ਬਾਹਰ ਸੀਗਾ ਜੀ। ਹਾਂਜੀ ਹਾਂਜੀ, ਮੈਨੂੰ ਲੱਗਦਾ ਜੀ ਮੇਰੇ ਆਂਢ ਗੁਆਂਢ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੇ ਮਿਲ ਮਿਲਾ ਕੇ ਕੀਤਾ ਹੋਏਗਾ, ਜਿਹੜੇ ਨੌਕਰ ਲੋਕ ਹੈਗੇ ਨੇ। ਹਾਂਜੀ, ਮੈਂ ਇਸ ਹਰਭਜਨ ਸਿੰਘ, 5 ਨਵੜੀਆਂ ਥਾਣਾ। ਮਾਮਲਾ ਪਤਾ ਲੱਗਿਆ ਸੀ ਅੱਜ, ਇਨਫੋਰਮੇਸ਼ਨ ਆਈ ਸੀ ਵੀ 3035 ਗੁਰਦੇਵ ਨਗਰ ਵਿੱਚ ਚੋਰੀ ਹੋਈ ਹੈ ਘਰ ਦੇ ਵਿੱਚ। ਮੌਕੇ 'ਤੇ ਪਹੁੰਚੇ ਹਾਂ ਅਤੇ ਤਫਤੀਸ਼ ਕਰ ਰਹੇ ਹਾਂ ਮੌਕੇ 'ਤੇ। ਇਹਦੇ ਵਿੱਚ 2 ਬੰਦੇ ਨਜ਼ਰ ਆ ਰਹੇ, ਸੀਸੀਟੀਵੀ ਫੁਟੇਜ ਵਗੈਰਾ ਦੇਖੀ ਹੈ, ਟ੍ਰੇਸ ਕਰ ਰਹੇ ਹਾਂ, ਮਤਲਬ ਇਹ ਤਫਤੀਸ਼ ਦਾ ਵਿਸ਼ਾ ਹੈ, ਇਹਨੂੰ ਤਫਤੀਸ਼ ਅੱਗੇ ਕਰਕੇ ਫਿਰ ਦੇਖਣਾ ਕਿਹੜੇ ਬੰਦੇ ਕਿੱਥੋਂ। ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ, ਮਾਲਕ ਦੇ ਮੁਤਾਬਕ ਤਾਂ 2 ਜੋੜੇ ਰਿੰਗਸ ਹੈ ਅਤੇ
ਦੋ ਚੂੜੀਆਂ ਹੈ, ਬਾਕੀ ਹੈਗਾ ਸਿਲਵਰ ਹੈਗਾ 2 ਕਿਲੋ ਅਤੇ 3 ਕੁ ਲੱਖ ਰੁਪਏ ਦੇ ਇਹਨਾਂ ਦੇ ਕਹਿਣ ਮੁਤਾਬਕ। ਇਹ ਨੀਅਰ ਅਬਾਊਟ ਕੋਲ 2:30 ਵਜੇ ਦੇ ਵਿੱਚ ਚੁਕਵਾ ਦਿੱਤੀ। ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ, ਤਫਤੀਸ਼ ਕਰਕੇ ਦੋਸ਼ੀਆਂ ਨੂੰ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਪੂਰੀ ਫੜਨ ਦੀ, ਸੀਸੀਟੀਵੀ ਕੈਮਰੇ ਵਗੈਰਾ ਸਾਰੇ ਚੈੱਕ ਕਰਾਂਗੇ। ਜਿਹੜੇ ਵੀ ਜਦੋਂ ਵੀ ਕੋਈ ਜਦੋਂ ਗਸ ਵਗੈਰਾ ਸਾਰੇ ਚੱਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ, ਜਿੱਦਾਂ ਜਿੱਦਾਂ ਕੋਈ ਫੜਿਆ ਜਾਂਦਾ ਫੜਿਆ ਪਿੱਛੇ ਸੁਣਾ ਅਸੀਂ ਫੜੇ ਵੀ ਹੈ ਅਤੇ ਜੋ ਪਰਚੇ ਦੇ ਕੇ ਅੰਦਰ ਦੇਈਦੇ ਸਾਰੇ, ਅਤੇ ਇਹਨੂੰ ਕੋਸ਼ਿਸ਼ ਕਰਾਂਗੇ ਪੂਰੀ ਇਹਨਾਂ ਦੀ ਬੰਦੇ ਨੂੰ ਟਰੇਸ ਕਰਕੇ ਇਹਨੂੰ ਵੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਕਾਰਨ ਮੁਤਾਬਕ ਘਰ ਕੋਈ ਨਹੀਂ ਸੀਗਾ, ਇਹ ਘਰ ਦੇ ਮਾਲਕ ਆਪਣੀ ਮਿਸ ਜੀ ਨੂੰ ਪੰਚਕੂਲਾ ਛੱਡਣ ਗਏ ਸੀ, ਲੈ ਕੇ ਉਹ ਤੋਂ ਬਾਅਦ ਹੀ ਵਾਰਦਾਤ ਹੋਈ ਹੈ। ਨਹੀਂ, ਉਹਨਾਂ ਨੇ ਮੂੰਹ ਕੋਈ ਨਹੀਂ ਢੱਕੇ ਸੀਗੇ, ਛੋਟੀ ਉਮਰ ਦੇ ਹੋਈਗੇ 15 ਤੋਂ 18-20 ਦੇ ਵਿੱਚ ਉਮਰ ਦੇ ਉਹਨਾਂ ਦੀ, ਅਤੇ ਕੋਈ ਨਹੀਂ ਛੇਤੀ ਟਰੇਸ ਕਰ ਲਏ ਜਾਣਗੇ।